ਗਏ ਨੇ, ਮੇਰਾ ਇੱਥੇ ਕਰੀਬੀ ਵੀ ਕੋਈ ਨਹੀਂ, ਰਿਸ਼ਤੇਦਾਰ ਵੀ ਕੋਈ ਨਹੀਂ, ਆਪਣਾ ਵੀ ਕੋਈ ਨਹੀਂ, ਮੇਰਾ ਕੋਈ ਮੰਨਣ ਵਾਲਾ ਵੀ ਕੋਈ ਨਹੀਂ, ਮੈਂ ਮਾਲ ਵੇਚ ਬੈਠਾ, ਅੱਜ 3 ਦਿਨ ਹੋ ਗਏ ਨੇ, ਮੈਂ ਜਾ ਕੇ ਜਿਹਦੇ ਨੂੰ ਮਾਲ ਦਿੱਤਾ ਹੈ ਊਂਠ ਦਿੱਤੇ ਨੇ, ਉਹਦੇ ਕੋਲੋਂ ਪੈਸੇ ਮੰਗਣ ਆਇਆ, ਪਹਿਲੇ ਦਿਨ ਉਹਨੇ ਆਖਿਆ ਸ਼ੁਭਾ ਆਵੀਂ, ਫਿਰ ਸ਼ੁਭਾ ਗੁਜ਼ਰੀ ਦੂਜੇ ਦਿਨ ਆਵੀਂ, ਫਿਰ ਦੂਜਾ ਦਿਨ ਗੁਜ਼ਰਿਆ ਤੀਜੇ ਦਿਨ ਆਵੀਂ, ਅੱਜ ਤੇ ਮਨੁੱਖ ਕੀ ਆਏ, ਮੈਂ ਲੋਕਾਂ ਨੂੰ ਪੁੱਛ ਕੇ ਆਇਆ ਆ, ਆਖੀਆ ਮੱਕੇ ਦੇ ਲੋਕ ਜਗੀਰਦਾਰ, ਮੱਕੇ ਦੇ ਅਮੀਰ ਲੋਕ ਕਿੱਥੇ ਬਹਿੰਦੇ ਨੇ, ਮੱਕੇ ਦੇ ਸਰਦਾਰ ਕਿੱਥੇ ਬਹਿੰਦੇ ਨੇ, ਉਹਨਾਂ ਨੇ ਦੱਸਿਆ ਖਾਨੇ ਕਾਬੇ ਦੇ ਕਰੀਮ ਜਿਹੜੀਆਂ ਟੋਲੀਆਂ ਛੋਟੀਆਂ ਛੋਟੀਆਂ ਬਣੀਆਂ ਹੋਈਆਂ ਨੇ, ਉਹ ਮੱਕੇ ਦੇ ਸਰਦਾਰਾਂ ਦੀਆਂ ਨੇ, ਮੱਕੇ ਦੇ ਜਗੀਰਦਾਰਾਂ ਦੀਆਂ ਨੇ, ਆਂਡੇ ਮੈਂ ਸ਼ਵਾਸ ਤੁਹਾਡੇ ਕੋਲ ਗੁਲਾਬ ਜੀ ਆਇਆ ਆ, ਮੇਰਾ ਮਸਲਾ ਹੱਲ ਕਰੋ, ਉਹਨਾਂ ਆਖੀਆ ਤੂੰ ਕਿਹਦੀ ਅੱਗੇ ਊਂਠ ਵੇਚੇ ਨੇ, ਅੱਛਾ ਤੈਨੂੰ ਪੈਸੇ ਲੈ ਕੇ ਦੇਣੇ ਆ, ਉਹ ਅਬੂ ਲਾਹਬ ਨੇ ਇੰਨੀ ਗੱਲ ਕੀਤੀ ਏ, ਉਹ ਜਿਹੜਾ ਮੁਸਲਮਾਨ ਵਪਾਰੀ ਵੇਚ ਕੇ ਮਾਲ ਆਇਆ ਏ, ਉਹਨੇ ਆਖਿਆ ਮੈਂ ਅਬੂ ਜਾਹਲ ਦੇ ਅੰਦਰ ਅਬੂ ਜਾਹਲ ਮਾਲ ਦੇ ਬੈਠੇ ਊਂਠ ਦੇ ਬੈਠੇ ਆ, ਉਹਨੇ ਆਖਿਆ ਉਹਨਾਂ ਸਾਰੀਆਂ ਦੀਆਂ ਗਰਦਨਾਂ ਉਹ ਝੁਕ ਗਈਆਂ ਨੇ, ਆਖੀ ਉਹ ਤੇ ਬਹੁਤ ਬੜਾ ਡਾਕੂ ਏ, ਸਭ ਡਾਕੂਆਂ ਦੇ ਸਰਦਾਰ ਏ, ਅੱਛਾ ਤੇ ਪੈਸੇ ਉਹਦੇ ਕੋਲ ਨਹੀਂ ਲੈ ਕੇ ਦੇ ਸਕਦੇ, ਉਹਦੇ ਕੋਲ ਮਾਲ ਮੈਂ ਉਹਦੇ ਕੋਲ ਬਹੁਤ ਬੜਾ ਡਾਕੂ ਏ, ਉਹਨਾਂ ਨੇ ਸ਼ਾਰਾ ਖਾਨੇ ਕਾਬੇ ਦੀ ਲੋਕੋ ਦੀਵਾਰ ਵੱਲ ਕੀਤਾ ਏ, ਸੋਹਣੇ ਨਬੀ ਲੋਗੋ ਪਿਆਰੇ ਨਬੀ ਲੋਗੋ ਉੱਥੇ ਖਾਨੇ ਕਾਬੇ ਦੀ ਦੀਵਾਰ ਦੇ ਕਰੀਬ ਬੈਠ ਕੇ ਅੱਲਾ ਦਾ ਜ਼ਿਕਰ ਪੇ ਕਰਦੇ ਨੇ, ਸੋਹਣੇ ਨਬੀ ਨੂੰ ਯਾਦ, ਸੋਹਣੇ ਰੱਬ ਨੂੰ ਯਾਦ ਪੇ ਕਰਦੇ ਨੇ, ਉਹਨਾਂ ਨੇ ਇਸ਼ਾਰਾ ਸੋਹਣੇ ਨਬੀ ਵੱਲ ਕੀਤਾ, ਉਹ ਨਾਲੇ ਹੱਸਦੇ ਨੇ ਨਾਲੇ ਤਾੜੀਆਂ ਮਾਰਦੇ ਨੇ, ਅੰਡ ਨਹੀਂ ਉਸ ਬੰਦੇ ਕੋਲ ਜਾ ਇਹਦਾ ਮਸਲਾ ਤੇਰਾ ਹੱਲ ਕਰਾਏਗਾ, ਲੋਕੋ ਤਵੱਜੋ ਚਾਹੁੰਦੇ ਆ, ਆਂਡੇ ਇੰਨੀ ਗੱਲ ਹੋਈ ਏ, ਮੈਂ ਆਖੀਆ ਮੈਨੂੰ ਤੋੜਦੇ ਵੀ ਪਏ ਨੇ ਨਾਲੇ ਹੱਸਦੇ ਵੀ ਪਏ ਨੇ ਨਾਲੇ ਤਾੜੀਆਂ ਵੀ ਮਾਰਦੇ ਨੇ, ਆਂਡਾ ਮੈਂ ਅੱਗੇ ਡਰਿਆ ਹੋਇਆ ਸ਼ਾ, ਆਸਤਾ ਜਾ ਕੇ ਮੈਨੂੰ ਨਹੀਂ ਸੀ ਪਤਾ ਸੋਹਣੇ ਨਬੀ ਨੇ, ਮੈਨੂੰ ਨਹੀਂ ਸੀ ਪਤਾ ਪਿਆਰੇ ਨਬੀ ਨੇ, ਮੈਨੂੰ ਨਹੀਂ ਸੀ ਪਤਾ ਅੱਲਾ ਦੇ ਯਾਰ ਨੇ, ਮੈਨੂੰ ਨਹੀਂ ਸੀ ਪਤਾ ਅੱਲਾ ਦੇ ਮਹਿਬੂਬ ਨੇ, ਮੈਨੂੰ ਨਹੀਂ ਸੀ ਪਤਾ ਨਬੀਆਂ ਦੀ ਸਰਦਾਰ ਨੇ, ਆਂਡਾ ਮੈਂ ਡਰਦੀ ਆ, ਸੋਹਣੇ ਨਬੀ ਦੇ ਕਰੀਬ ਬੈਠ ਗਿਆ ਆ, ਪਿਆਰੇ ਨਬੀ ਦੇ ਕਰੀਬ ਬੈਠ ਗਿਆ ਆ, ਆਨਾ ਦਿਲ ਵਿੱਚ ਸੋਚਣਾ ਆ, ਲੋਕੋ ਮੇਰੀ ਆਖਰੀ ਬਾਤ ਏ, ਆਂਡਾ ਦਿਲ ਦੇ ਅੰਦਰ ਸੋਚਣਾ ਪਿਆ ਆ, ਸੋਹਣੇ ਨਬੀ ਇਬਾਦਤ ਤੋਂ ਫਾਰਗ ਹੁੰਦੇ ਨੇ, ਗੱਲ ਸੁਣਾਨਾ ਆ, ਪਿਆਰੇ ਨਬੀ ਇਬਾਦਤ ਤੋਂ ਫਾਰਗ ਹੋਏ ਨੇ, ਆਕਾ ਕਰੀਮ ਨੇ ਜਿਹੜੇ ਜੁਮਲੇ ਬੋਲੇ ਨੇ, ਭਾਈ ਨਦੀਮ ਸਾਹਿਬ ਤਵੰਜੋ ਚਾਹੁੰਦਾ ਆ, ਸੋਹਣੇ ਨਬੀ ਨੇ ਆਖਿਆ ਓ ਯਾਰ।